भवानीगढ़ के नकटे गांव में एक पारिवारिक कलह को सुलझाने गई पुलिस पर हमलावर दी तकफाड़ी। भवानीगढ़ के नकटे गांव में एक पारिवारिक कलह को सुलझाने गई पुलिस कर्मचारी पर परिवार के ही सदस्य ने हमला कर दिया, यहां तक कि पुलिस मुलाजिम की वर्दी तक फाड़ दी। उसके साथ गाली गलौज की गई, जिसके तुरंत बाद पुलिस ने कार्रवाई करते हुए दोषी को गिरफ्तार कर लिया। ਨਕਟੇ ਦੀ ਸਾਡੇ ਕੋਲ ਦਰਖਾਸਤ ਸੀਗੀ ਉਹਨਾਂ ਦੀ ਵਾਈਫ ਦੀ, ਰਾਤ ਨੂੰ ਕਈ ਵਾਰ ਉਹਨਾਂ ਦਾ ਮਤਲਬ ਦੋ ਤਿੰਨ ਵਾਰ ਪਹਿਲਾਂ ਵੀ 181 ਦੀ ਕੰਪਲੇਂਟ ਆਈਆਂ ਸੀ ਕਿ ਉਹ ਸਾਡੇ ਨਾਲ ਸ਼ਰਾਬ ਪੀ ਕੇ ਕੁੱਟਮਾਰ ਕਰਦਾ, ਸ਼ਰਾਬ ਅਤੇ ਹੋਰ ਉਸ ਤੋਂ ਇਲਾਵਾ ਵੀ ਕੋਈ ਸਾਨੂੰ ਹੈਗਾ ਕਿ ਉਹ ਨਸ਼ੇ ਹੋਰ ਵੀ ਕਰਦਾ। ਉੱਥੇ ਜਦੋਂ ਪੁਲਿਸ ਮੁਲਾਜ਼ਮ ਗਏ ਉਹਦੀ ਦਰਖਾਸਤ ਤੋਂ ਬਾਅਦ, ਉੱਥੇ ਜਦੋਂ ਮੇਰਾ ਮੁਲਾਜ਼ਮ ਗਿਆ ਤਾਂ ਇਹਨਾਂ ਉਹਨੇ ਕੀ ਕੀਤਾ, ਉਹਨਾਂ ਦੇ ਗੱਲ ਪੈ ਗਿਆ ਅਤੇ ਉਹਦੀ ਵਰਦੀ ਪਾ ਦਿੱਤੀ ਅਤੇ ਕਹਿੰਦੇ ਗਾਲੀ ਗਲੋਚ ਵੀ ਕੀਤਾ ਗਿਆ। ਕਾਫੀ ਉਹਨੇ ਗਾਲੀ ਗਲੋਚ ਵੀ ਕੀਤਾ, ਉਹ ਉਸ ਤੋਂ ਫਿਰ ਮੌਕੇ ਤੋਂ ਫਰਾਰ ਹੋ ਗਿਆ। ਅਤੇ ਧਾਰਾ ਫਿਰ ਕੀ ਲੱਗਦੀ ਹੈ ਜਿਹੜੀ 353-186 ਦਾ ਇਹਦੇ 'ਤੇ ਮੁਕੱਦਮਾ ਅਸੀਂ ਦਰਜ ਕਰ ਦਿੱਤਾ ਅਤੇ ਉਹਨੂੰ ਅੱਜ ਪੇਸ਼ ਕਰਕੇ ਅਸੀਂ ਜੇਲ੍ਹ ਵੀ ਭੇਜ ਦਿੱਤੀ।